ਦੋਸਤੋ ਪੰਜਾਬੀ ਸਿਨੇਮੇ ਦੇ ਵਿੱਚ ਬਹੁਤ ਕਮਾਲ ਦੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਤੇ ਪੰਜਾਬੀ ਸਟੇਸ਼ਨ ਦੇ ਜ਼ਰੀਏ ਅੱਜ ਤੁਹਾਨੂੰ ਪੰਜਾਬੀ ਸਿਨੇਮੇ ਦੇ ਨਾਲ ਜੁੜੀ ਹੋਈ ਇੱਕ ਹੋਰ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਜੀ ਦੋਸਤੋ ਪੰਜਾਬੀ ਸਿਨੇਮੇ ਦੇ ਵਿੱਚ ਇੱਕ ਨਵੀਂ ਤੇ ਮਿੱਠੀ ਜੀ ਫਿਲਮ ਦੀ ਅਨਾਉਂਸਮੈਂਟ ਹੋ ਚੁੱਕੀ ਹੈ ਜੀ ਫਿਲਮ ਦਾ ਨਾਮ ਹੈ ਜੀ ਮਿੱਠੜੇ ਤੋ ਦੋਸਤੋ ਮਿੱਠੀ ਜੀ ਕਹਾਣੀਆਂ ਰਿਸ਼ਤਿਆਂ ਨੂੰ ਬਿਆਨ ਕਰਦੀ ਹੋਈ ਕਹਾਣੀਆਂ ਤੇ ਇਸ ਫਿਲਮ ਦੀ ਮਿੱਠੀ ਜੀ ਗੱਲ ਇਹ ਹੈ ਕਿ ਇਸ ਫਿਲਮ ਦੀ ਸਟਾਰ ਕਾਸਟ ਬਹੁਤ ਕਮਾਲ ਦੀ ਹੈ ਇਸ ਫਿਲਮ ਦੇ ਵਿੱਚ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ ਜੀ ਤਾਨੀਆਂ ਤੇ ਰੂਪੀ ਗਿੱਲ ਤੇ ਉਹਨਾਂ ਦੇ ਨਾਲ ਲਖਸ਼ਦੀਪ ਸਿੰਘ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ ਤੇ ਫਿਲਮ ਦੇ ਰਾਈਟਰ ਤੇ ਡਾਇਰੈਕਟਰ ਨੇ ਜੀ ਅੰਬਰਦੀਪ ਸੀ ਕਹਿ ਸਕਦਾ ਹੈ ਕਿ ਅੰਬਰਦੀਪ ਰਾ ਨੇ ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਉਹਨਾਂ ਦੀ ਲਿਖਣੀ ਤੇ ਡਾਇਰੈਕਸ਼ਨ ਬਹੁਤ ਕਮਾਲ ਦੀ ਆ ਉਹਨਾਂ ਦੀਆਂ ਲਿਖੀਆਂ ਤੇ ਡਾਇਰੈਕਟ ਕੀਤੀਆਂ ਫਿਲਮਾਂ ਬਹੁਤ ਕਮਾਲ ਦੀਆਂ ਹੁੰਦੀਆਂ ਨੇ ਉਹਨਾਂ ਦੀ ਇੱਕ ਬੜੀ ਕਮਾਲ ਦੀ ਪਕੜ ਸਕ੍ਰਿਪਟ ਤੇ ਹੁੰਦੀ ਹੈ ਤੇ ਉਹਨਾਂ ਦੀ ਡਾਇਰੈਕਸ਼ਨ ਤੇ ਹੁੰਦੀ ਹੈ ਉਹਨਾਂ ਦੀ ਕਹਾਣੀ ਦੇ ਜ਼ਰੀਏ ਜਿੱਥੇ ਇਮੋਸ਼ਨ ਵੀ ਹੁੰਦਾ ਤੇ ਹਾਸਾ ਠੱਠਾ ਵੀ ਹੁੰਦਾ ਤੇ ਉੱਥੇ ਹੀ ਰਿਸ਼ਤਿਆਂ ਦੀ ਗੱਲ ਉਹਨਾਂ ਦੀ ਕਹਾਣੀ ਦੇ ਵਿੱਚ ਹਮੇਸ਼ਾ ਹੀ ਕੀਤੀ ਜਾਂਦੀ ਹੈ ਸੋ ਦੋਸਤੋ ਮਿੱਠੀਆਂ ਜਿਹੀਆਂ ਯਾਦਾਂ ਤੇ ਮਿੱਠੇ ਜਿਹੇ ਰਿਸ਼ਤਿਆਂ ਨੂੰ ਬਿਆਨ ਕਰਦੀ ਹੋਈ ਫਿਲਮ ਸਿਨੇਮੇ ਘਰਾਂ ਦੇ ਵਿੱਚ ਰਿਲੀਜ਼ ਹੋਏਗੀ ਜੀ ਮਿੱਠੜੇ ਉੱਥੇ ਹੀ ਦੱਸ ਦਿੰਦੇ ਆ ਕਿ ਇਸ ਫਿਲਮ ਨੂੰ ਅੰਬਰਦੀਪ ਹੋਰਾਂ ਦੇ ਵੱਲੋਂ ਹੀ ਪ੍ਰੈਜ਼ੈਂਟ ਕੀਤਾ ਜਾਣਾ ਤੇ ਫਿਲਮ ਦੇ ਰਾਈਟਰ ਡਾਇਰੈਕਟਰ ਖੁਦ ਅੰਬਰਦੀਪ ਸਿੰਘ ਹੋਣਗੇ ਤੇ ਫਿਲਮ ਦਾ 뮤직 ਕੀਤਾ ਜੀ ਇਹ ਵੀ ਸਰਾ ਹੋਰਾਂ ਨੇ ਤੇ ਫਿਲਮ ਦੇ ਕੁਝ ਕ ਖੂ ਬਹੁਤ ਹੀ ਖੂਬਸੂਰਤ ਗੀਤ ਹੈਪੀ ਰਾਏ ਕੁਟੀ ਤੇ ਵੀਰ ਸਿੰਘ ਹੋਰਾਂ ਦੇ ਵੱਲੋਂ ਤੇ ਚਰਨ ਲਿਖਾਰੀ ਹੋਰਾਂ ਦੇ ਵੱਲੋਂ ਲਿਖੇ ਜਾਣੇ ਆ ਉੱਥੇ ਹੀ ਦੱਸ ਦਿੰਦੇ ਆ ਕਿ ਅੰਬਰਦੀਪ ਹੋਰਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਹਾਲ ਹੀ ਇੱਕ ਪੋਸਟ ਪਾਈ ਸੀ ਕਹਿੰਦੇ ਕੁਝ ਅਲੱਗ ਸਿਨੇਮਾ ਜੇ ਕਰਨਾ ਤਾਂ ਸਮਾਂ ਜ਼ਰੂਰ ਲੱਗ ਜਾਂਦਾ ਪਰ ਚੰਗੀਆਂ ਕਹਾਣੀਆਂ ਸਾਡੇ ਚੰਗੇ ਸਿਨੇਮੇ ਨੂੰ ਬਦਲਣ ਦੇ ਲਈ ਹਮੇਸ਼ਾ ਹੀ ਤਿਆਰ ਰਹਿੰਦੀਆਂ ਨੇ ਇਸ ਇੱਕ ਕਹਾਣੀ ਇੱਕ ਸਿਨੇਮੇ ਨੂੰ ਨਵਾਂ ਰੂਪ ਦੇਏਗੀ ਤੇ ਉਹ ਲਿਖਦੇ ਨੇ ਕਹਿੰਦੇ ਪਿਆਰ ਇਕੱਲਾ ਜਵਾਨੀ 'ਚ ਨਹੀਂ ਹੁੰਦਾ ਜਾਂਦਿਆਂ ਪੈ ਜਾਂਦਾ ਜਾਂਦਿਆਂ ਪਿਆਰ ਪੈ ਜਾਂਦਾ ਜੀ ਆਪਣੇ ਮਾਂ ਪਿਓ ਨਾਲ ਕਈ ਰਿਸ਼ਤੇ ਐਦਾਂ ਦੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਕੋਈ ਨਾਂ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਸਾਡੇ ਜੰਮਦਿਆਂ ਹੀ ਸਾਡੇ ਰਿਸ਼ਤੇ ਉਹ ਪਿਆਰ ਨਾਲ ਵੰਜੇ ਜਾਂਦੇ ਨੇ ਪਿਆਰ ਦੇ ਨਾਲ ਉਹ ਰਿਸ਼ਤੇ ਅੱਗੇ ਚੱਲਦੇ ਨੇ ਤੇ ਉੱਥੇ ਹੀ ਕਹਿੰਦੇ ਕਹਿੰਦੇ ਲਵ ਰੋਮਾਂਸ ਅਸੀਂ ਬਹੁਤ ਅਸੀਂ ਕਹਾਣੀਆਂ ਦੇ ਵਿੱਚ ਇੱਕ ਲਵ ਐਂਗਲ ਵੇਖਦੇ ਹਾਂ ਤੇ ਕੁਝ ਅਨਕਹੇ ਪਿਆਰ ਤੇ ਰਿਸ਼ਤਿਆਂ ਦੀ ਗੱਲ ਇਸ ਕਹਾਣੀ ਦੇ ਜ਼ਰੀਏ ਕਈ ਜਾਣੀਆ ਤੇ ਇਸ ਲਈ ਉਹਨਾਂ ਨੇ ਕਿਹਾ ਕਹਿੰਦੇ ਇਹ ਫਿਲਮ ਜ਼ਰੂਰ ਸਾਡੇ ਸਿਨੇਮੇ ਨੂੰ ਇੱਕ ਵੱਖਰਾ ਰੰਗ ਦੇएगी ਤੇ ਹੋਰ ਉਚਾਈਆਂ ਦੇ ਵੱਲ ਲੈ ਕੇ ਜਾਏਗੀ ਸੋ ਦੋਸਤੋ ਜਦੋਂ ਇੱਕ ਰਾਈਟਰ ਤੇ ਡਾਇਰੈਕਟਰ ਦੇ ਜਜ਼ਬਾਤ ਦਿਲੋਂ ਕਿਸੇ ਕਹਾਣੀ ਦੇ ਨਾਲ ਜੁੜ ਜਾਂਦੇ ਨੇ ਤੇ ਕਹਾਣੀ ਹਮੇਸ਼ਾ ਹੀ ਕੁਝ ਚੰਗਾ ਸਾਡੇ ਸਿਨੇਮੇ ਤੱਕ ਲੈ ਕੇ ਆਉਂਦੀ ਹੈ ਤੇ ਉੱਥੇ ਹੀ ਅੰਮਰਦੀਪੁਰਾ ਨੇ ਉਹਨਾਂ ਨੇ ਜ਼ਰੂਰ ਕਿਹਾ ਕਿ ਸਮਾਂ ਜ਼ਰੂਰ ਲੱਗ ਰਿਹਾ ਪਰ ਕਹਾਣੀ ਇੱਕ ਚੰਗੀ ਅਸੀਂ ਸਿਨੇਮੇ ਨੂੰ ਦੇਣ ਜਾ ਰਹੇ ਹਾਂ ਸੋ ਦੋਸਤੋ ਸਾਡੀ ਐਕਸਾਈਟਮੈਂਟ ਬਹੁਤ ਜ਼ਿਆਦਾ ਇਸ ਫਿਲਮ ਨੂੰ ਵੇਖਣ ਦੇ ਲਈ ਆ ਤੇ 2024 ਨੂੰ ਇਸ ਫਿਲਮ ਨੇ ਰਿਲੀਜ਼ ਹੋ ਜਾਣਾ ਤੇ ਕਮਾਲ ਦੀ ਫਿਲਮ ਦੀ ਫਰਸਟ ਲੁੱਕ ਬਹੁਤ ਕਮਾਲ ਦੀ ਸਾਡੇ ਸਾਹਮਣੇ ਨਜ਼ਰ ਆਉਂਦੀ ਹੈ ਤੇ ਰਾਇਲ ਅਨਫੀਲਡ ਵੀ ਹੈ ਤੇ ਇੱਕ ਪਾਸੇ ਤੇ ਬਹੁਤ ਇੱਕ ਖੂਬਸੂਰਤ ਜੀ ਤਸਵੀਰ ਹੈ ਜਿਹੜੀ ਸਾਡੇ ਸਾਹਮਣੇ ਨਜ਼ਰ ਆਉਂਦੀ ਹੈ ਤੇ ਅ ਅਸੀਂ ਚਾਹੁੰਦੇ ਹਾਂ ਕਿ ਜਲਦੀ ਇਸ ਫਿਲਮ ਨੂੰ ਰਿਲੀਜ਼ ਹੋਵੇ ਤੇ ਸਾਡੀ ਐਕਸਾਈਟਮੈਂਟ ਅਚਲੀ ਬਹੁਤ ਇਸ ਫਿਲਮ ਦੇ ਨਾਲ ਜੁੜੀ ਆਗੀ ਤੇ ਦੋਸਤੋ ਹੋਰ ਐਦਾਂ ਦੀਆਂ ਜਾਣਕਾਰੀਆਂ ਵੇਖਣ ਦੇ ਲਈ ਤੁਸੀਂ ਵੇਖਦੇ ਰਹੋ ਚੈਨਲ ਪੰਜਾਬੀ ਸਟੇਸ਼ਨ